ਸਿੱਖ ਇਤਿਹਾਸ ਵਿੱਚ ਰਿਆਸਤੀ ਸ਼ਹਿਰ ਨਾਭਾ ਦਾ ਨਾਮ ਜੈਤੋ ਦੇ ਮੋਰਚੇ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਦਾ ਨਾਮ ਜਾਣਿਆ ਜਾਂਦਾ ਹੈ। ਇਹ ਮੋਰਚਾ 1923 ਨੂੰ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ। ਇਸ ਮੋਰਚੇ ਦੇ ਵਿੱਚ ਸੈਂਕੜੇ ਸਿੰਘ ਸ਼ਹੀਦ ਹੋ ਗਏ ਸਨ। ਇਸ ਯਾਦ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ, ਜਿਸ ਦੇ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੇ ਨਾਭਾ ਵਿਖੇ ਮਹਾਰਾਜਾ ਰਿਪੁਦਮਨ ਸਿੰਘ ਦੀ ਯਾਦ ਵਿੱਚ ਬਣੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਜੈਤੋ ਦੇ ਮੋਰਚੇ ਸਬੰਧੀ ਸੈਮੀਨਾਰ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਉੱਘੇ ਵਿਦਵਾਨਾਂ ਨੇ ਜੈਤੋ ਦੇ ਮੋਰਚੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਇਸ ਮੌਕੇ SGPC ਦੇ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੇ ਕਿਹਾ ਕਿ ਜੋ ਵਿਧਾਨ ਸਭਾ ਚੋਣਾਂ ਵਿੱਚ ਜੋ ਸਿੱਖ ਵੋਟਾਂ ਲੈਣ ਲਈ ਸਰਸੇ ਡੇਰੇ ਗਏ ਸਨ, ਉਨ੍ਹਾਂ ਸਬੰਧੀ ਕਾਰਵਾਈ ਕੀਤੀ ਜਾਵੇਗੀ। ਅਕਾਲ ਤਖ਼ਤ ਸਾਹਿਬ ਵੱਲੋਂ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਜੋ ਡੇਰੇ ਵਿੱਚ ਵੋਟ ਲੈਣ ਗਏ ਸਨ ਉਸ ਵਿੱਚ 32 ਬੰਦਿਆਂ ਦਾ ਪਤਾ ਲੱਗਿਆ। ਬੇਹੱਦ ਖੁਸ਼ੀ ਹੈ, ਬੇਹੱਦ ਹੀ ਪ੍ਰਸੰਨਤਾ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ ਦੀ ਕ੍ਰਾਂਤੀ ਚੱਲੀ ਲੈ ਚੱਲੀ ਉਹਦੇ ਇੱਕ ਮਹਾਨ ਯੋਧੇ ਮਹਾਨ ਸੰਘਰਸ਼ੀ ਔਰ ਖਾਲਸਾ ਪੰਥ ਦੇ ਹੀ ਰਹੇ ਮਹਾਰਾਜਾ ਰਿਪੁਦਮਨ ਸਿੰਘ ਦੇ ਯਾਦ ਵਿੱਚ ਕਾਰਜਸ਼ੀਲ ਸਰਕਾਰੀ ਰਿਪੁਦਮਨ ਕਾਲਜ ਨਾਭਾ ਜ਼ਿਲ੍ਹਾ ਪਟਿਆਲਾ ਵਿਖੇ ਜੋ ਗੁਰਦੁਆਰਾ ਸਰਦਾਰ ਲਹਿਰ ਬਾਬੇ ਦੀ ਬੇਰ ਸਿਆਲਕੋਟ ਤੋਂ ਆਰੰਭ ਹੋਈ ਸੀ। 11 ਮੋਰਚੇ ਉਹਦੇ 'ਚ ਲੱਗੇ ਸੀ। ਉਹ ਲਾਸਟ ਜਿਹੜਾ ਮੋਰਚਾ ਸੀ ਉਹ ਨਾਭਾ ਰਿਆਸਤ ਦੇ ਜੈਤੋਂ ਦਾ ਜੋ ਕਸਬਾ ਹੈ ਉੱਥੇ ਲੱਗਿਆ ਸੀ ਮੋਰਚਾ। ਔਰ ਉਹ ਮੋਰਚੇ ਦਾ ਜੋ ਕਾਰਨ ਸੀ ਕਿ ਅੰਗਰੇਜ਼ ਨੇ ਆਪਣੇ ਹੱਟ ਕਰਕੇ ਆਪਣੀ ਰਾਜਸੀ ਸ਼ਕਤੀ ਕਰਕੇ ਇੱਥੋਂ ਦੇ ਨੌਜਵਾਨ ਮਹਾਰਾਜਾ ਮਹਾਰਾਜਾ ਰਿਪੁਦਮਨ ਸਿੰਘ ਨੂੰ ਰਾਜਸੀ ਕਾਰਨਾਂ ਕਰਕੇ ਔਰ ਉਹਦੇ ਧਾਰਮਿਕ ਖਿਆਲਾਂ ਕਰਕੇ ਉਹਨਾਂ ਨੂੰ ਗੱਦੀ ਤੋਂ ਲਾਹ ਦਿੱਤਾ ਸੀ। ਔਰ ਖਾਲਸਾ ਪੰਥ ਉਦੋਂ ਦੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹੋਕ ਤੌਰ 'ਤੇ ਬਣੀ ਸੀ 14 ਨਵੰਬਰ 1920 ਨੂੰ ਉਹਨਾਂ ਵੱਲੋਂ ਮੋਰਚਾ ਲਾਇਆ ਗਿਆ ਸੀ, ਜਿਸ ਮੋਰਚੇ ਵਿੱਚ ਅਣਗਿਣਤ ਸ਼ਹੀਦੀਆਂ ਅਣਗਿਣਤ ਕੁਰਬਾਨੀਆਂ ਅਣਗਿਣਤ ਜਿਹੜਾ ਵਿੱਚ ਜਿਹੜਾ ਉਹ ਸੰਘਰਸ਼ੀ ਸਾਡੇ ਯੋਧੇ ਗਏ। ਔਰ ਇੱਥੋਂ ਤੱਕ ਉਹ ਮੋਰਚੇ ਦੇ ਵਿੱਚ ਤਸ਼ੱਦਦ ਹੋਇਆ ਕਿ ਉਸ ਸਮੇਂ ਦੇ ਬੜੇ ਵੱਡੇ ਦੇਸ਼ ਦੇ ਲੀਡਰ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ ਜੇ ਹਿੰਦੁਸਤਾਨ ਨੇ ਆਜ਼ਾਦ ਹੋਣਾ ਹੈ ਤਾਂ ਹਰ ਇੱਕ ਪਰਿਵਾਰ ਨੂੰ ਘੱਟੋ ਘੱਟ ਇੱਕ ਬੱਚਾ ਆਪਣਾ ਸਿੱਖ ਬਣਾਉਣਾ ਚਾਹੀਦਾ ਕਿ ਸਿੱਖਾਂ ਦੇ ਅੰਦਰ ਹੀ ਇਹ ਆਜ਼ਾਦੀ ਦੀ ਜਿਹੜੀ ਉਹ ਲੱਟ ਲੱਟ ਕਰਨ ਦੀ ਲਾਟ ਹੈ ਔਰ ਸੰਘਰਸ਼ ਕਰਨ ਦੀ ਸ਼ਕਤੀ ਹੈ, ਕੁਰਬਾਨੀ ਕਰਨ ਦੀ ਸ਼ਕਤੀ ਹੈ, ਤਿਆਗ ਦੀ ਸ਼ਕਤੀ ਹੈ ਔਰ ਇਹ ਸ਼ਹੀਦੀ ਦੇਣ ਦੀ ਜਿਹੜੀ ਸ਼ਕਤੀ ਹੈ ਸੋਚ ਹੈ ਉਹ ਕਿਸੇ ਸਿੱਖ ਕੌਮ ਦੇ ਵਿੱਚ ਹੈ। ਇਸ ਕਰਕੇ ਹਰ ਬੱਚੇ ਨੂੰ ਇੱਕ ਸਿੱਖ ਜਿਹੜਾ ਹਰ ਫੈਮਿਲੀ 'ਚ ਬਣਨਾ ਚਾਹੀਦਾ। ਔਰ ਦੂਸਰੇ ਇਸ ਮੋਰਚੇ ਵਿੱਚ ਹੀ ਉਸ ਸਮੇਂ ਦੇ ਜੋ ਕਾਂਗਰਸ ਦੇ ਲੀਡਰ ਸੀ ਪੰਡਿਤ ਜਵਾਹਰ ਲਾਲ ਨਹਿਰੂ ਉਹ ਵੀ ਇਹਨਾਂ ਨੇ ਇੱਕ ਦਿਨ ਜਿਹੜਾ ਕਿ ਇੱਥੇ ਕੱਢੀ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਭੇ ਦੀਆਂ ਸਿੱਖ ਸੰਗਤਾਂ ਔਰ ਖਾਸ ਕਰਕੇ ਜੋ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਵਾਸਤੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਜਿੱਥੇ ਉਹਨਾਂ ਸ਼ਹੀਦਾਂ ਦਾ ਜੋ ਬੇਅੰਤ ਦੇ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਰਿਹਾ ਔਰ ਉਹਨਾਂ ਦੀ ਯਾਦ 'ਚ ਜੋ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਉਹਨਾਂ ਦੀ ਕਮੇਟੀ ਦੇ ਅਤੇ ਹੋਰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅੱਜ ਜੈਤੋ ਦੇ ਮੋਰਚੇ ਸੰਬੰਧੀ ਵਿਚਾਰ ਕਰਨ ਵਾਸਤੇ ਸੈਮੀਨਾਰ ਰੱਖਿਆ ਹੋਇਆ ਜਿਹਦੇ 'ਚ ਇਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੰਤ ਸਿੰਘ ਜੀ ਦੇ ਅਧਿਆਪਕ ਸਾਥੀ ਔਰ ਬੱਚੇ ਜੋ ਸਟੂਡੈਂਟਸ ਨੇ ਜੇ ਸਾਡੀ ਭਵਿੱਖ ਹੈ ਸਾਡਾ ਜੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਸਾਰੇ ਸ਼ਮੂਲੀਅਤ ਕਰ ਰਹੇ ਨੇ।
ਔਰ ਇਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਦੇ ਮੁਖੀ ਡਾਕਟਰ ਪਰਮਵੀਰ ਸਿੰਘ ਔਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਦੇ ਮੁਖੀ ਡਾਇਰੈਕਟਰ ਪ੍ਰਿੰਸੀਪਲ ਗੁਰਵੀਰ ਸਿੰਘ ਇਹਨਾਂ ਨੇ ਪਰਚੇ ਪੜ੍ਹਨੇ ਉਹਦੇ ਮੋਰਚੇ ਬਾਰੇ ਸਾਰੀਆਂ ਵਿਚਾਰਾਂ ਰੱਖਣੇ ਨੇ ਔਰ ਸਾਡੇ ਇੱਥੋਂ ਦੇ ਸਾਰੇ ਜੇ ਅਕਾਲੀ ਦਲ ਦੇ ਲੀਡਰ ਸਾਹਿਬਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬਾਨ ਨੇ, ਵੱਡੀ ਗਿਣਤੀ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਸੰਬੰਧਿਤ ਜਿਹੜਾ ਸਾਰੇ ਇੱਥੇ ਲੀਡਰ ਸਾਹਿਬਾਨ ਆਏ ਨੇ, ਮੈਂ ਇਹਨਾਂ ਨੂੰ ਜੀ ਐਂ ਵੀ ਕਹਿੰਦਾ, ਇਹਦੇ ਸਹਿਯੋਗ ਲਈ ਇਹਦਾ ਧੰਨਵਾਦ ਵੀ ਕਰਦਾ, ਔਰ ਮੈਨੂੰ ਪੂਰੀ ਆਸ ਹੈ ਕਿ ਸਾਡਾ ਜਿਹੜਾ ਭੁੱਲਿਆ ਵਿਸਰਿਆ ਇਤਿਹਾਸ ਹੈ, ਉਹ ਜੋ ਇਤਿਹਾਸ ਬੱਚਿਆਂ ਤੱਕ ਨਾ ਪਹੁੰਚਣ ਕਰਕੇ ਜੋ ਆਮ ਖਾਲਸਾ ਪੰਥ ਦੀ ਸ਼ਿਕਾਇਤ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਗੁਰੂ ਗ੍ਰੰਥ ਗੁਰੂ ਪੰਥ ਨਾਲ ਟੁੱਟ ਰਹੀ ਹੈ, ਉਸ ਸ਼ਿਕਾਇਤ ਨੂੰ ਦੂਰ ਕਰਨ ਵਿੱਚ ਕਿਸੇ ਹੱਦ ਤੱਕ ਅੱਜ ਦਾ ਇਹ ਸੈਮੀਨਾਰ ਆਪਣਾ ਯੋਗਦਾਨ ਪਾਏਗਾ, ਔਰ ਜਿਹਦੇ 'ਚ ਮੀਡੀਆ ਰਾਹੀਂ ਬਾਕੀ ਥਾਵਾਂ 'ਤੇ ਬੈਠੇ ਹੋਏ ਨੌਜਵਾਨ ਔਰ ਇਸ ਕਾਲਜ ਦੇ 'ਚ ਰਹਿਣ ਵਾਲੇ ਨਾਭੇ ਦੇ ਰਿਆਸਤ ਹੈ ਪੁਰਾਣੀ, ਇੱਥੋਂ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਜਿਹੜਾ ਬੜਾ ਅੱਛਾ ਸੁਨੇਹਾ ਮਿਲੇਗਾ, ਔਰ ਆਪਣੇ ਇਤਿਹਾਸ ਨਾਲ ਜੁੜਨ ਦਾ, ਆਪਣੀ ਵਿਰਾਸਤ ਨਾਲ ਜੁੜਨ ਦਾ, ਆਪਣੇ ਵਿਰਸੇ ਨਾਲ ਜੁੜਨ ਦਾ ਇੱਕ ਮੌਕਾ ਮਿਲੇਗਾ। ਮੈਂ ਅੱਜ ਦੇ ਦਿਨ 'ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਵਿੱਚ ਸਾਰੇ ਸ਼ਾਮਲ ਹੋਏ ਉਹਨਾਂ ਦਾ ਇੱਕ ਵਾਰ ਫਿਰ ਹਾਰਦਿਕ ਧੰਨਵਾਦ ਕਰਦਾ। ਔਰ ਇਸ ਤਰ੍ਹਾਂ ਹੈ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 6 ਤਾਰੀਖ ਨੂੰ ਸਾਡੇ ਨੂੰ ਚਿੱਠੀ ਮਿਲੀ ਸੀ, ਉਸੇ ਦਿਨ ਅਸੀਂ 3 ਮੈਂਬਰੀ ਕਮੇਟੀ ਬਣਾਤੀ ਜਿਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਉੱਚੇ ਅਹੁਦੇਦਾਰ ਨੇ, ਸੀਨੀਅਰ ਬੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਕੈਂਪੁਰ ਔਰ ਜਨਰਲ ਸਕੱਤਰ ਸਰਦਾਰ ਅਮਰਜੀਤ ਸਿੰਘ ਚਾਵਲਾ ਔਰ ਜੋ ਸਟੂਡੈਂਟ ਸੰਘਰਸ਼ ਵਿੱਚੋਂ ਨਿਕਲੇ ਹੋਏ ਲੀਡਰ ਨੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੋ ਸਾਡੇ ਐਗਜ਼ੀਕਿਟਿਵ ਮੈਂਬਰ ਨੇ, ਇਹਨਾਂ 3 ਮੈਂਬਰਾਂ ਦੇ ਆਧਾਰ 'ਤੇ ਜਿਹੜੀ ਉਹ ਕਮੇਟੀ ਬਣਾਈ ਸੀ। ਕਮੇਟੀ ਜੋ ਕਾਰਜ ਆਪਣਾ ਆਰੰਭ ਕੀਤਾ ਅਤੇ ਪਹਿਲਾਂ ਜੋ ਉਹ ਹੁਕਮਨਾਮਾ ਸੀ 17 ਮਈ 2007 ਵਾਲਾ, ਉਹਦੀ ਘੋਖ ਕੀਤੀ ਅਤੇ ਉਹ ਜਿਹੜਾ ਹੁਕਮਨਾਮਾ ਹੈ ਸਿੰਘ ਸਾਹਿਬਾਨ ਵੱਲੋਂ ਉਹ ਹੈ ਸਿੱਖ ਸੰਗਤ ਦੇ ਨਾਂ। ਸਿੱਖ ਸੰਗਤ ਦਾ ਮਤਲਬ ਹੈ ਕੋਈ ਵੀ ਸਿੱਖ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣਾ ਗੁਰੂ ਮੰਨਦਾ, ਔਰ ਉਹ ਜੇ ਕੋਈ ਵੀ ਗਿਆ ਭਾਵੇਂ ਉਹ ਅਕਾਲੀ ਹੈ, ਕਾਂਗਰਸੀ ਹੈ, ਕਿਸੇ ਧਰਮ ਨਾਲ, ਕਿਸੇ ਹੋਰ ਕਿਸੇ ਜਿਹੜਾ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦਾ, ਅਤੇ ਉਹ ਸਾਰੇ ਹੀ ਜ਼ਿੰਮੇਵਾਰ ਨੇ, ਉਹਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਅਤੇ ਮਸਲਾ ਵੀ ਬੜਾ ਗੰਭੀਰ ਹੈ। ਔਰ ਕੇਵਲ ਇਹ ਨਹੀਂ ਕਿ ਸਾਰਾ ਖਾਲਸਾ ਪੰਥ ਹੀ ਸਾਡੇ ਵੱਲ ਵੇਖ ਰਿਹਾ, ਬਾਕੀ ਦੁਨੀਆ ਵੀ ਵੇਖ ਰਹੀ ਹੈ ਕਿ ਇੱਕ ਬਹੁਤ ਹੀ ਨਾਜ਼ੁਕ ਜਿਹੜਾ ਔਰ ਬੜਾ ਗੰਭੀਰ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਔਰ ਸਿੰਘ ਸਾਹਿਬਾਨ ਦੇ ਸਾਹਮਣੇ ਆਇਆ, ਅਤੇ ਸਾਡਾ ਜੋ ਉਹ ਫੈਸਲਾ ਹੈ ਉਹਦੇ ਬਾਰੇ ਸਾਰੇ ਉਡੀਕ ਕਰ ਰਹੇ ਨੇ। ਇਸ ਲਈ ਇਹਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਔਰ ਜੋ ਇਹਦਾ ਦਾਇਰਾ ਹੈ, ਇਹਦੀ ਸੀਰੀਅਸਨੈਸ ਐਂਡ ਮੈਗਨੀਟਿਊਡ ਆਫ ਦੀ ਸਮੱਸਿਆ ਹੈ, ਇਸ ਕਰਕੇ ਇਹ ਕਮੇਟੀ ਜਿਹਨੂੰ ਹੋਰ ਜਿਹੜਾ 7 ਵਾਰ ਚੱਕ ਦਿੱਤਾ, ਮੈਨੂੰ ਆਸ ਹੈ ਕਿ ਅੱਜ ਤੱਕ ਉਹ ਐਂ ਦੱਸੇ ਕਿ ਅਸੀਂ 32 ਬੰਦੇ ਜਿਹੜੇ ਉਹ ਆਈਡੈਂਟੀਫਾਈ ਕੀਤੇ ਨੇ ਜਿਹੜੇ ਗਏ ਨੇ, ਉਹ ਜਿਹੜਾ ਅਖਬਾਰਾਂ ਦੀਆਂ ਜਿਹੜੀਆਂ ਕਟਿੰਗ ਨੇ ਔਰ ਇਲੈਕਟ੍ਰੋਨਿਕ ਮੀਡੀਆ ਹੈ ਔਰ ਸਿੱਖ ਸੰਗਤਾਂ ਤੋਂ ਪੜਤਾਲ ਕਰਕੇ ਪੂਰਾ ਬੜੀ ਨਿਰਪੱਖ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛਾਣ ਕੇ ਦਿਆਂਗੇ। ਉਹਦੇ 'ਚ ਭਾਵੇਂ ਕੋਈ ਅਕਾਲੀ ਹੋਵੇ, ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਣ ਵਾਲਾ ਹੋਵੇ, ਜਿਹੜਾ ਵੀ ਬੰਦਾ ਉੱਥੇ ਗਿਆ ਜਿਹੜੇ ਹੁਕਮਾਂ ਦੀ ਵਾਇਲੇਸ਼ਨ ਕੀਤੀ ਹੈ, ਅਸੀਂ ਇਹ ਆਸ ਰੱਖਦੇ ਹਾਂ ਕਮੇਟੀ ਜਿਹੜੀ ਆ ਉਹਨਾਂ ਸਾਰਿਆਂ ਨੂੰ ਜਿਹੜਾ ਉਹਦਾ ਪਰਦਾਫਾਸ਼ ਕਰੇਗੀ ਔਰ ਇਹ ਰਿਪੋਰਟ ਜਿਹੜੀ ਸਿੱਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪਾਸ ਆਉਣੀ ਹੈ ਅਤੇ ਉਹਨਾਂ ਨੇ ਹੀ ਅਗਲੀ ਕਾਰਵਾਈ ਦੇ ਕਰਨੀ ਹੈ। ਨਾਭਾ ਤੋਂ ਕੁਲਦੀਪ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।